ਸਿੰਘਪੁਰਾ ਤੇ ਰੱਜੀ ਵਾਲਾ ਇਹ ਵੀ ਟੀਮਾਂ ਆ ਕੇ ਆਪਣਾ ਭਜਨ ਕਰਾ ਲੈਣਗੇ ਉਹਨਾਂ ਦਾ ਮੁਕਾਬਲਾ ਕਰਵਾਇਆ ਦੂਸਰਾ ਮੁਕਾਬਲਾ ਸਿੰਘਪੁਰਾ ਤੇ ਰੱਜੀ ਵਾਲਾ ਸਿੰਘਪੁਰਾ ਤੇ ਰੱਜੀ ਵਾਲੀਆਂ ਟੀਮਾਂ ਨੂੰ ਬੇਨਤੀ ਹੈ ਵੀ ਟੀਮਾਂ ਆ ਕੇ ਆਪਣਾ ਭਜਨ ਕਰਾ ਲੈਣ ਜਿਵੇਂ ਜਿਵੇਂ ਟੀਮਾਂ ਦਾ ਭਜਨ ਹੋ ਰਿਹਾ ਹੈ ਭਿੰਡਰ ਤੇ ਮੁਸੀਬਤਾਂ ਇਹ ਟੀਮਾਂ ਸਮੇਂ ਸਿਰ ਖੇਡ ਮੈਦਾਨ ਦੇ ਵਿੱਚ ਆਉਣ ਖਿਡਾਰੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਸਮਾਂ ਬੜਾ ਹੋ ਚੁੱਕਿਆ ਸੀ ਕਬੱਡੀ ਜੋ ਓਪਨ ਦੇ ਵੀ ਮੁਕਾਬਲੇ ਕਰਵਾਉਣੇ ਹੈ ਇਹ ਟੀਮਾਂ ਸਮੇਂ ਸਿਰ ਨੂੰ ਧਿਆਨ ਸਿਰ ਰੱਖਦੇ ਹੋਏ ਖੇਡ ਮੈਦਾਨ ਦੇ ਵਿੱਚ ਆਉਣ ਦੋ ਰੈਫਰੀ ਵੀਰ ਤੇ ਇੱਕ ਪੁਆਇੰਟਾਂ ਵਾਲਾ ਇਹ ਵੀਰ ਗਰਾਊਂਡ ਦੇ ਵਿੱਚ ਆ ਜਾਣਾ ਮਸੀਤਾਂ ਤੇ ਪਿੰਡ ਦੀਆਂ ਟੀਮਾਂ ਦੇ ਦਰਮਿਆਨ ਜੋ ਪਹਿਲਾ ਮੁਕਾਬਲਾ ਇਸ ਸਮੇਂ ਸ਼ੁਰੂ ਹੋ ਜਾ ਰਿਹਾ ਹੈ ਅੱਜ ਚੌਦਵਾਂ ਸ਼ਾਨਦਾਰ ਕਬੱਡੀ ਦਾ ਟੂਰਨਾਮੈਂਟ ਸੰਤ ਬਾਬਾ ਇੰਦਰ ਸਿੰਘ ਜੀ ਸੱਚਖੰਡ ਵਾਸੀ ਸੰਤ ਬਾਬਾ ਰਾਮ ਸਿੰਘ ਜੀ ਸੱਚਖੰਡ ਵਾਸੀ ਸੰਤ ਬਾਬਾ ਫਤਿਹ ਸਿੰਘ ਜੀ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ 1962 ਦੇ ਸ਼ਹੀਦ ਗੁਰਦਾਸਪੁਰ ਜੀ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵੱਲੋਂ ਸਾਰੇ ਨਗਰ ਵਾਸੀਆਂ ਵੱਲੋਂ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਗ੍ਰਾਮ ਪੰਚਾਇਤ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਉਹ ਕਬੱਡੀ ਦਾ ਟੂਰਨਾਮੈਂਟ ਅੱਜ ਸਾਲ ਰੌਣਕਾਂ ਲੱਗਦੀਆਂ ਨੇ ਇਹ ਖੋਸੇ ਕੋਟਲੇ ਦੀ ਧਰਤੀ ਤੇ ਅੱਜ ਕਬੱਡੀ ਦਾ ਜੋ ਤੀਸਰਾ ਦਿਨ ਤੱਕ ਨੂੰ ਮਤਲਬ ਜੇ ਕਬੱਡੀ 75 ਦੇ ਮੁਕਾਬਲੇ ਹੈ ਉੱਥੇ ਨਾਲ ਹੀ ਕਬੱਡੀ ਓਪਨ ਦੇ ਮੁਕਾਬਲੇ ਵੀ ਅੱਜ ਸ਼ੁਰੂ ਕੀਤੇ ਜਾਣਗੇ ਸੋ ਬੇਨਤੀ ਹੈ ਪਿੰਡਾਂ ਦੀ ਟੀਮ ਜਲਦ ਨਾਲ ਬਦਲ ਕਰਾ ਕੇ ਖੇਡ ਮੈਦਾਨ ਦੇ ਵਿੱਚ ਆਵੇ ਨਾਲ ਹੀ ਸਿੰਘਪੁਰਾ ਤੇ ਰੱਜੀ ਵਾਲਾ ਇਹ ਵੀ ਟੀਮਾਂ ਨੂੰ ਬੇਨਤੀ ਹੈ ਟੀਮ ਆਪੋ ਆਪਣੇ ਕੱਪੜੇ ਉਤਾਰ ਕੇ ਬਜਨ ਕਰਾ ਕੇ ਸਮੇਂ ਸਿਰ ਖੇਡ ਮੈਦਾਨ ਦੇ ਵਿੱਚ ਆਓ ਸਾਡੇ ਵੀਰ ਜੋ ਪਰਸੋਂ ਤੋਂ ਐਂਟਰੀ ਗੇਟ ਤੇ ਸੇਵਾ ਨਿਭਾ ਰਹੇ ਨੇ ਬਾਈ ਰਾਜਵੀਰ ਸਿੰਘ ਜੀ ਰਾਜੂ ਬਾਈ ਲੱਖੇ ਹੋਣੇ ਬਾਈ ਬਲਵਿੰਦਰ ਸਿੰਘ ਜੀ ਫੌਜੀ ਬਾਈ ਰਿਸ਼ਪਾਲ ਸਿੰਘ ਜੀ ਤੇ ਬਾਈ ਹੈਪੀ ਅਸੀਂ ਇਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੋ ਬਿਲਕੁਲ ਸਾਫ਼ ਸੁਥਰੀਆਂ ਟਾਈਆਂ ਕਰ ਰਹੇ ਕਿਸੇ ਦਾ ਕੋਈ ਵੀ ਪਾਠਵਾਹ ਨਹੀਂ ਕੀਤਾ ਜਾ ਰਿਹਾ ਅਸੀਂ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਿੰਡਾਂ ਦੀ ਟੀਮ ਜਲਦ ਨਾਲ ਬਜਨ ਕਰਾ ਕੇ ਖੇਡ ਮੈਦਾਨ ਦੇ ਵਿੱਚ ਆਉਣ ਪਿੰਡ ਸਿੰਘਪੁਰਾ ਤੇ ਰੱਜੀਵਾਲ ਦੀਆਂ ਟੀਮਾਂ ਦੇ ਦਰਮਿਆਨ ਜੋ ਅਗਲਾ ਮੁਕਾਬਲਾ ਖੇਡੇ ਜਾ ਰਹੇ ਨੇ ਇਹ ਤਾਂ ਸਾਡੇ ਰੈਫਰੀ ਵੀ ਪੁੱਜੇ ਨੇ ਸੇਨਾ ਧੰਨਵਾਦ ਕਰਦੇ ਹਾਂ ਬਿੱਲਾ ਗਾਲਬ ਜੀ ਖਾਲਸਾ ਕੁਲਜੀਤ ਲੰਗੀਆਂ ਦੀਆਂ ਨਾਲ ਇਹਦਾ ਸਾਡਾ ਵੀਰ ਅਜਮੇਰ ਆਲਮ ਵਾਲਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਧੀਆ ਅੰਪਾਇਰ ਪੁੱਜੇ ਨੇ ਦਰਸ਼ਕੋ ਇੱਕ ਵਾਰੀ ਮਹਾਂਪੁਰਸ਼ਾਂ ਦੇ ਨਾਂ ਤੇ ਆਪਾਂ ਜਕਾਰਾ ਲਾਵਾਂਗੇ ਸੰਤ ਬਾਬਾ ਫਤਿਹ ਸਿੰਘ ਜੀ ਨਾਂ ਤੇ ਬੋਲੇ ਬਹੁਤ ਬਹੁਤ ਧੰਨਵਾਦ ਹੈ ਸਾਰੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਏ ਸਾਲ ਇਹ ਜੋ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਬਹੁਤ ਮਿਹਰਬਾਨੀ ਹੈ ਐਨਆਰਆਈ ਵੀਰਾਂ ਦਾ ਜੋ ਬਹੁਤ ਵੱਡਾ ਸਹਿਯੋਗ ਹੈ ਇਸ ਕਬੱਡੀ ਦੇ ਟੂਰਨਾਮੈਂਟ ਤੇ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦਾ ਨੌਜਵਾਨ ਵੀਰਾਂ ਦਾ ਬਹੁਤ ਪਿਆਰ ਹੈ ਇਸ ਖੇਡ ਮੇਲੇ ਦੇ ਨਾਲ ਆਓ ਜੀ ਪਿੰਡਰ ਤੇ ਮਸੀਤਾਂ ਦੀਆਂ ਟੀਮਾਂ ਦੇ ਦਰਮਿਆਨ ਕਬੱਡੀ 75 ਕਿਲੋ ਦਾ ਜੋ ਪਹਿਲਾ ਮੁਕਾਬਲਾ